ਤੇ ਚੋਣ ਪ੍ਰਚਾਰ ਦੌਰਾਨ ਆਪਣੇ ਹਲਕੇ ਸ੍ਰੀ ਚਮਕੌਰ ਸਾਹਿਬ ਦੇ ਵਿੱਚ ਚਰਜੀਤ ਚੰਨੀ ਮੀਡੀਆ ਨੂੰ ਮੁਖਾਤਿਬ ਹੁੰਦੇ ਦੇਖੇ ਗਏ। ਇਸ ਦੌਰਾਨ ਚਰਜੀਤ ਚੰਨੀ ਨੇ ਬੋਲਦਿਆਂ ਕਿਹਾ ਕਿ ਪੰਜਾਬ ਦੇ ਵਿੱਚ ਮੁਲਕ ਦੇ ਵਜ਼ੀਰ-ਏ-ਆਜ਼ਮ ਤਾਂ ਆ ਰਹੇ ਨੇ ਪਰ ਸਿਰਫ ਐਲਾਨ ਹੋਣਗੇ। ਬੀਜੇਪੀ ਤੋਂ ਚੰਡੀਗੜ੍ਹ ਮੰਗਿਆ ਗਿਆ ਹੈ। ਕੋਈ ਸਮਾਂ ਸੀ ਜਦੋਂ ਕਾਂਗਰਸ ਤੋਂ ਲੀਡਰ ਮੰਗਦੇ ਸੀ ਕਿ ਖੜਿਆ ਫੁੱਲ ਗੁਲਾਬ ਦਾ ਚੰਡੀਗੜ੍ਹ ਪੰਜਾਬ ਦਾ, ਪਰ ਸਮਾਂ ਅਤੇ ਸਥਿਤੀਆਂ ਬਿਲਕੁਲ ਬਦਲ ਚੁੱਕੀਆਂ ਨੇ। ਅੱਜ ਕਾਂਗਰਸ ਚੰਡੀਗੜ੍ਹ ਮੰਗ ਰਹੀ ਹੈ, ਉਹ ਵੀ ਕੇਂਦਰੀ ਹਕੂਮਤ ਤੋਂ। ਦੇਖੋ ਜੀ, ਦੌਰੇ ਜਿੰਨੇ ਮਰਜ਼ੀ ਕਰਨ ਪ੍ਰਧਾਨ ਮੰਤਰੀ, ਲੇਕਿਨ ਪੰਜਾਬ ਦੀ ਸੁਣਵਾਈ ਵੀ ਕਰਨ, ਕੁਝ ਦੇਣ ਤਾਂ ਸਹੀ, ਗੱਲਾਂ ਬਾਤਾਂ ਨਾਲ ਤਾਂ ਨਹੀਂ ਸਰਨਾ ਹੈ। ਇਸ ਕਰਕੇ ਵੈਸੇ ਤਾਂ ਮੈਨੂੰ ਲੱਗਦਾ ਨਹੀਂ ਆਉਣਗੇ, ਜੇ ਆਉਣਗੇ ਤਾਂ ਉਹਨਾਂ ਨੂੰ ਜ਼ਰੂਰ ਪੰਜਾਬ ਵਾਸਤੇ ਚੰਡੀਗੜ੍ਹ ਐਲਾਨ ਕਰਨਾ ਚਾਹੀਦਾ, SYL ਨੂੰ ਪੱਕੇ ਤੌਰ 'ਤੇ ਬੰਦ ਕਰਨ ਦਾ ਐਲਾਨ ਕਰਨਾ ਚਾਹੀਦਾ, ਪੰਜਾਬੀ ਬੋਲਦੇ ਇਲਾਕੇ ਦੇਣੇ ਚਾਹੀਦੇ ਹੈ, ਪੰਜਾਬ ਨੂੰ ਇੰਡਸਟਰੀ ਵਾਸਤੇ ਜਿਸ ਤਰ੍ਹਾਂ ਹਿਮਾਚਲ ਨੂੰ ਸਹੂਲਤਾਂ ਦਿੱਤੀਆਂ, JNK ਨੂੰ ਸਹੂਲਤਾਂ ਦਿੱਤੀਆਂ, ਪੰਜਾਬ ਨੂੰ ਵੀ ਦੇਣੀਆਂ ਚਾਹੀਦੀਆਂ।